ਗਿੱਪੀ ਔਰ ਜਿਹੜੀ ਸੋਨਮ ਦੀ ਜੋੜੀ ਆ ਬਹੁਤ ਵਧੀਆ ਹੈਗੀ ਆ, ਹੈ ਨਾ। ਔਰ ਹੁਣ ਰੀਸੈਂਟਲੀ ਉਹਨਾਂ ਦੀ ਮੂਵੀ ਜਿਹੜੀ ਆ ਰਹੀ ਹੈਗੀ 29 ਨੂੰ, ਸਭ ਨੂੰ ਐਕਸਾਈਟਮੈਂਟ ਵੀ ਹੈਗੀ ਹੈ ਨਾ, ਆਪਾਂ ਉਹਨੂੰ ਦੇਖਣਾ ਹੈ ਨਾ। ਸੋਨਮ ਬਾਜਵਾ ਦੀ ਜਿਹੜੀ ਜੋੜੀ ਹੈ ਗਿੱਪੀ ਗਰੇਵਾਲ ਨਾਲ ਬਹੁਤ ਵਧੀਆ ਲੱਗਦੀ ਹੈ, ਦੋਨਾਂ ਦੀ ਕੈਮਿਸਟਰੀ ਬਹੁਤ ਵਧੀਆ ਜਚਦੀ ਹੈ, ਅਤੇ ਸਾਨੂੰ ਇਸ ਮੂਵੀ ਦੀ ਕੈਰੀ ਔਨ ਜੱਟਾ 3 ਦੀ ਈਗਰਲੀ ਵੇਟ ਹੈ। गिप्पी और सोनम अल्टीमेट, बिल्कुल बहुत बढ़िया। मैंने उनकी वो देखी है कैरी ऑन जट्टा, मतलब एक्सप्लेन नहीं कर सकती, इतने मतलब वर्ड्स नहीं है, इतनी अच्छी एक्टिंग है दोनों, केमिस्ट्री तो कमाल है दोनों की, बहुत बढ़िया। सो मैम, गिप्पी ते सोनम दी केमिस्ट्री किदां दी लगदी है एंड कितना का वेट है हुन कैरी ऑन जट्टा 3 दा? ਜਿਵੇਂ ਕਿ ਸਭ ਨੂੰ ਪਤਾ ਹੈਗਾ ਕਿ ਗਿੱਪੀ ਔਰ ਜਿਹੜੀ ਸੋਨਮ ਦੀ ਜੋੜੀ ਆ ਬਹੁਤ ਵਧੀਆ ਹੈਗੀ ਆ, ਹੈ ਨਾ। ਔਰ ਹੁਣ ਰੀਸੈਂਟਲੀ ਉਹਨਾਂ ਦੀ ਮੂਵੀ ਜਿਹੜੀ ਆ ਰਹੀ ਹੈਗੀ 29 ਨੂੰ, ਸਭ ਨੂੰ ਐਕਸਾਈਟਮੈਂਟ ਵੀ ਹੈਗੀ ਹੈ ਨਾ, ਆਪਾਂ ਉਹਨੂੰ ਦੇਖਣਾ ਹੈ ਨਾ। ਸੋ ਇਹ ਹੈ ਕਿ ਸਾਰੇ ਫੈਨ ਤਾਂ ਆਲਰੇਡੀ ਉਹਨਾਂ ਦੇ ਹੈਗੇ ਹੀ ਆ, ਹੁਣ ਦੇਖੋ ਕਿ ਉਸ ਦੇ ਵਿੱਚ ਹੁਣ ਹੈ ਕਿ ਨਿਊ, ਉਹ ਸਭ ਨੂੰ ਐਕਸਾਈਟਮੈਂਟ ਹੈਗੀ ਹੈ ਨਾ। ਸੋ ਗਿੱਪੀ ਤੇ ਸੋਨਮ ਦੀ ਕੈਮਿਸਟਰੀ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ? ਇਟ ਇਜ਼ ਆਸਮ, ਲਾਈਕ ਆਈ ਸ਼ੁਡ ਸੇ ਨਾਟ ਓਨਲੀ ਆਸਮ, ਇਟ ਇਜ਼ ਫੁੱਲੀ ਨੈਚੁਰਲ, ਫੁੱਲੀ ਔਰਗੈਨਿਕ। ਜਿਹੜੀ ਹੈਗੀ ਹੈ ਫਿਲਮ ਸੀਰੀਜ਼ ਹੈ ਕੈਰੀ ਔਨ ਜੱਟਾ, ਮੈਂ ਇਹਦੇ ਫਸਟ ਜੋ 2 ਪਾਰਟਸ ਨੇ ਉਹ ਮੈਂ ਵੇਖੇ ਸਿਨੇਮਾ ਵਿੱਚ ਹੀ ਹੈ, ਅਤੇ ਨਾਓ ਆਈ ਐਮ ਸੁਪਰ ਐਕਸਾਈਟਡ। ਇਹ 5 ਈਅਰਸ ਬਾਅਦ ਜੋ ਕੈਰੀ ਔਨ ਜੱਟਾ ਦਾ ਇਹ ਆ ਰਿਹਾ ਸੀਕੁਅਲ, ਆਈ ਐਮ ਸੁਪਰ ਐਕਸਾਈਟਡ ਫੋਰ ਇਟ, ਸੋ ਕਾਂਟ ਜਸਟ ਵੇਟ। ਮੇਰਾ ਤਾਂ ਆਹੀ ਪੱਕਾ ਹੈ ਕਿ ਮੈਂ ਫਸਟ ਡੇ ਫਸਟ ਸ਼ੋਅ ਦੇਖਣਾ। ਸੋ ਇੱਕ ਫਰੋਮ ਸਮ ਟਾਈਮ ਇਸ ਸਪੈਸ਼ਲੀ ਆਫਟਰ ਕੋਵਿਡ ਇੱਕ ਸਡਨ ਪਲੈਟੂ ਆਇਆ ਹੋਇਆ ਹੈ ਇਨ ਦ ਮੂਵੀਜ਼, ਜ਼ਿਆਦਾ ਲੋਕ ਚਲੇ ਗਏ ਨੇ OTT ਵੱਲ ਅਤੇ ਵੈਬ ਸੀਰੀਜ਼ ਵੱਲ। ਸੋ ਵੀ ਆਰ ਇਨ ਨੀਡ ਆਫ ਸਮ ਰੀਅਲੀ ਹਾਈ ਕੰਟੈਂਟ। ਵਨਸ ਇਨ ਅ ਵਾਈਲ ਜੋ ਹੁੰਦੀਆਂ ਨੇ ਮੂਵੀਜ਼ ਉਹ ਹਿੱਟ ਹੋ ਰਹੀਆਂ ਨੇ, ਬਟ ਕੈਰੀ ਔਨ ਜੱਟਾ ਦਾ ਜੋ ਇਹ ਪਾਰਟ ਆ ਰਿਹਾ ਕਿ ਕੈਰੀ ਔਨ ਜੱਟਾ 3, ਮੈਂ ਇਹਦੇ ਬਾਰੇ ਫੁੱਲੀ ਸ਼ੋਰ ਹਾਂ ਦੈਟ ਇਟ ਇਜ਼ ਗੋਇੰਗ ਟੂ ਬ੍ਰੇਕ ਰਿਕਾਰਡਸ ਐਂਡ ਬੀ ਅ ਹਿਊਜ ਵੈਲਕਮ ਚੇਂਜ ਫਰੋਮ ਦੀ ਪ੍ਰੈਜੈਂਟ ਸਰਕਮਸਟਾਂਸਿਸ। ਸੋ ਆਲ ਦਾ ਬੈਸਟ ਟੂ ਦੀ ਕਰੂ ਆਫ ਦ ਮੂਵੀ। ਸੋ ਮੈਮ, ਸੋਨਮ ਬਾਜਵਾ ਦੀ ਜਿਹੜੀ ਜੋੜੀ ਹੈ ਉਹ ਕਿਹੜੇ ਮੇਲ ਆਰਟਿਸਟ ਨਾਲ ਸਭ ਤੋਂ ਜ਼ਿਆਦਾ ਤੁਹਾਨੂੰ ਫੱਬਦੀ ਹੈ? ਸਾਨੂੰ ਸੋਨਮ ਬਾਜਵਾ ਦੀ ਜਿਹੜੀ ਜੋੜੀ ਹੈ ਗਿੱਪੀ ਗਰੇਵਾਲ ਨਾਲ ਬਹੁਤ ਵਧੀਆ ਲੱਗਦੀ ਹੈ, ਦੋਨਾਂ ਦੀ ਕੈਮਿਸਟਰੀ ਬਹੁਤ ਵਧੀਆ ਜਚਦੀ ਹੈ, ਅਤੇ ਸਾਨੂੰ ਇਸ ਮੂਵੀ ਦੀ ਕੈਰੀ ਔਨ ਜੱਟਾ 3 ਦੀ ਈਗਰਲੀ ਵੇਟ ਹੈ। ਸੋ ਤੋ ਮੈਮ, ਗਿੱਪੀ ਅਤੇ ਸੋਨਮ ਦੀ ਜਿਹੜੀ ਕੈਮਿਸਟਰੀ ਦੋਵਾਂ ਦੀ ਜੋੜੀ ਹੈ ਕਿੱਦਾਂ ਦੀ ਲੱਗਦੀ ਹੈ? ਬਹੁਤ ਵਧੀਆ ਲੱਗਦੀ ਹੈ, ਅੱਜ ਤੱਕ ਮਤਲਬ ਮੈਂ ਇੱਦਾਂ ਵੇਖਿਆ ਨਹੀਂ। ਇੱਕ ਬਹੁਤ ਕਾਮ ਹੈ ਔਰ ਇੱਕ ਬਹੁਤ ਨੋਟੀ ਹੈ, ਤੋ ਦੇਖਤੇ ਹੈਂ, ਵੇਟ ਕਰ ਰਹੇ ਹੈਂ ਬਸ 29 ਜੂਨ ਕੀ ਫਸਟ ਡੇ ਫਸਟ ਸ਼ੋ ਫੋਰ ਸ਼ੋਰ। ਸੋ ਮੈਮ, ਗਿੱਪੀ ਅਤੇ ਸੋਨਮ ਦੀ ਐਕਟਿੰਗ ਅਤੇ ਦੋਵਾਂ ਦੀ ਕੈਮਿਸਟਰੀ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ? ਗਿੱਪੀ ਔਰ ਸੋਨਮ ਅਲਟੀਮੇਟ, ਬਿਲਕੁਲ ਬਹੁਤ ਬੜੀਆ। ਮੈਨੇ ਉਨਕੀ ਵੋ ਦੇਖੀ ਹੈ ਕੈਰੀ ਔਨ ਜੱਟਾ, ਮਤਲਬ ਐਕਸਪਲੇਨ ਨਹੀਂ ਕਰ ਸਕਦੀ, ਇਤਨੇ ਮਤਲਬ ਵਰਡਸ ਨਹੀਂ ਹੈ, ਇਤਨੀ ਅੱਛੀ ਐਕਟਿੰਗ ਹੈ ਦੋਨੋਂ ਕੀ, ਕੈਮਿਸਟਰੀ ਤੋਂ ਕਮਾਲ ਹੈ ਦੋਨੋਂ ਕੀ, ਬਹੁਤ ਬੜੀਆ। ਸੋ ਗਿੱਪੀ ਗਰੇਵਾਲ ਦੀ ਕਿਹੜੀ ਫੀਮੇਲ ਆਰਟਿਸਟ ਨਾਲ ਜੋੜੀ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ ਤੁਹਾਨੂੰ? ਮੈਨੂੰ ਤਾਂ ਜੀ ਸੋਨਮ ਬਾਜਵਾ ਨਾਲ ਵਧੀਆ ਲੱਗਦੀ। ਓਕੇ, ਐਂਡ ਹੁਣ ਦੋਵੇਂ ਸਕਰੀਨ ਦੁਬਾਰਾ ਤੇ ਆ ਰਹੇ ਆ ਕੈਰੀ ਔਨ ਜੱਟਾ 3 ਲੈ ਕੇ, ਸੋ ਕਿੰਨਾ ਕਿ ਐਕਸਾਈਟਿਡ ਹੋ ਫਿਲਮ ਦੇ ਲਈ? ਐਕਸਾਈਟਿਡ ਬਹੁਤ ਜ਼ਿਆਦਾ ਜੀ, ਕਿਉਂਕਿ ਪਹਿਲੇ ਵੀ ਮਤਲਬ ਵਧੀਆ ਕੰਮ ਕੀਤਾ ਹੈ, ਮਜ਼ਾਕ ਚੱਲਦਾ ਉਹਨਾਂ ਦਾ ਆਪਣਾ, ਜੋ ਵੀ ਕੈਮਿਸਟਰੀ ਉਹਨਾਂ ਦੀ ਦੋਨੇ ਬਹੁਤ ਵਧੀਆ ਲੱਗਦੀ ਹੈ। ਸੋ ਸਰ, ਦ ਮੋਸਟ ਅਵੇਟਿਡ ਫਿਲਮ ਫਾਈਨਲੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ 29 ਮਈ ਨੂੰ, ਕੈਰੀ ਔਨ ਜੱਟਾ 3, ਕਿੰਨੇ ਕੁ ਵੇਟ ਹੈ ਇਸ ਫਿਲਮ ਦੀ ਐਂਡ ਕੀ ਸਭ ਤੋਂ ਜ਼ਿਆਦਾ ਇਸ ਫਿਲਮ ਵੱਲ ਤੁਹਾਨੂੰ ਖਿੱਚੇਗਾ? ਮੈਮ, ਜੋ ਮਤਲਬ ਕੈਰੀ ਔਨ ਜੱਟਾ 2 ਸੀਗੀ ਜਿਹੜੀ, ਉਹਦੇ ਵਿੱਚ ਜਿਹੜੀ ਕੈਮਿਸਟਰੀ ਸੀ ਉਹਨਾਂ ਦੀ, ਸੋਨਮ ਬਾਜਵਾ ਦੇ ਆਪਣੇ ਗਿੱਪੀ ਗਰੇਵਾਲ ਉਹਨਾਂ ਦੀ ਕੈਮਿਸਟਰੀ ਕਰਕੇ ਮੈਨੂੰ ਕੈਰੀ ਔਨ ਜੱਟਾ 3 ਮਤਲਬ ਹਜੇ ਮੋਸਟ ਅਵੇਟਿਡ ਮੂਵੀ ਲੱਗ ਰਹੀ ਹੈ, ਵੀ ਮੈਂ ਬਹੁਤ ਵੇਟ ਕਰ ਰਿਹਾ ਉਸ ਮੂਵੀ ਦਾ, ਅਤੇ ਉਹਨਾਂ ਦੀ ਕੈਮਿਸਟਰੀ ਮਤਲਬ ਹੈ ਹੀ ਬਹੁਤ ਵਾਕਈ ਵਧੀਆ, ਇਸ ਕਰਕੇ ਮੈਂ ਕੈਮਿਸਟਰੀ ਬਹੁਤ ਹੀ ਅੱਛੀ ਹੈ, ਇਸ ਕਰਕੇ ਮਤਲਬ ਵੇਟ ਹੈ ਹਮੇ ਵੀ। ਸੋ ਕੈਰੀ ਔਨ ਜੱਟਾ ਦੇ ਵਿੱਚ ਇਹੋ ਜਿਹੀ ਕੀ ਚੀਜ਼ ਹੈ ਜੋ ਸਭ ਤੋਂ ਜ਼ਿਆਦਾ ਤੁਹਾਨੂੰ ਖਿੱਚਦੀ ਹੈ ਐਂਡ ਕਿਸ ਚੀਜ਼ ਲਈ ਦੇਖਣ ਲਈ ਕੀ ਚੀਜ਼ ਐਕਸਾਈਟਿਡ ਹੋ ਤੁਸੀਂ? ਜਿਵੇਂ ਕਿ ਟ੍ਰੇਲਰ ਦੇ ਵਿੱਚ ਆਪਾਂ ਨੇ ਦੇਖਿਆ ਕਿ ਸ਼ਿੰਦੇ ਦਾ ਰੋਲ ਬਹੁਤ ਵਧੀਆ ਹੈ ਅਤੇ ਉਹਦੀ ਫਸਟ ਮੂਵੀ ਆ, ਅਤੇ ਜਿਹੜੀ ਸਾਨੂੰ ਵੀ ਐਕਸਾਈਟਿਡ ਆ ਕਿਉਂਕਿ ਉਹਦੇ ਸੋਸ਼ਲ ਮੀਡੀਆ 'ਤੇ ਅਸੀਂ ਅਕਸਰ ਦੇਖਦੇ ਹਾਂ, ਉਹਦੀਆਂ ਫਨੀ ਕਲਿਪਸ ਦੇਖਦੇ ਹਾਂ, ਅਤੇ ਉਹ ਚੀਜ਼ ਦੀ ਸਾਨੂੰ ਬਹੁਤ ਵੇਟ ਆ।